नवजोत सिंह सिद्धू की धर्मपत्नी नवजोत कौर सिद्धू शहर वासियों की मुश्किलां जानने लिए कंपनी बाग पहुंची, जिथे एक बार फिर उन्होंने सिद्धू ते कैप्टन अमरिंदर सिंह विचाले चल रही तलखी दौरान कैप्टन अमरिंदर सिंह नूं सीधे तौर पर कैप्टन मनन तो इनकार कर दिता है। उन्होंने कहा कि कैप्टन अमरिंदर सीएम है ते सीएम ही रहेंगे, पर पार्टी प्रधान राहुल गांधी ही है। उधर कैप्टन वालों पंजाब च नशे खत्म करने लिए केंद्र सरकार तो मंगी मदद नूं उन्होंने जायज़ ठहराया। उन्होंने कहा कि पंजाब के नौजवान नशियां विच इन्ने डुब चुके ने कि हुण तां आर्मी वालों नूं भी फौज विच भर्ती करने लिए नौजवान नहीं मिल रहे। जो उन्होंने यह पूछा गया कि किते ना किते केंद्र तो मदद मांग के कैप्टन ने अपनी हार मनी है, तो उन्होंने कहा कि इसका जवाब उही दे सकते ने। अपने पति नवजोत सिंह सिद्धू बारे सवाल पूछे जाने उन्होंने सफाई दी कि पैसों की कमी की वजह से लोगों नाल मिलन तो कतराते सन, पर हुण पैसों की कोई कमी नहीं है, इसलिए हुण उह खुद आके लोगों के काम करवाएंगे। करंट सिनेरियो दे विच सिद्धू फैमिली दा कैप्टन हुण कौन है, राहुल गांधी के कैप्टन हुण? साडे सीएम हमेशा ही सीएम ही रहेंगे, साडा पार्टी दा प्रेसिडेंट हमेशा पार्टी दा प्रेसिडेंट ही रहेगा। कैप्टन उहदा नाम कोई लै दो तो उहदा कोई फर्क नहीं पैंदा। कैप्टन अमरिंदर सिंह ने पंजाब 'च नशे खत्म करन लई सेंटर तो मदद मंगी है जी। ਦੇਖੋ ਜਦੋਂ ਵੀ ਕਿਸੇ ਸੀ ਐੱਮ ਆਫ ਦਾ ਸਟੇਟ ਨੂੰ ਜ਼ਰੂਰਤ ਪਈ ਇਹੋ ਜਿਹੀ ਚੀਜ਼ ਦੀ ਤਾਂ ਆਲਵੇਜ਼ ਮੰਗ ਲੈਣੀ ਚਾਹੀਦੀ ਹੈ। ਮੈਂ ਵੀ ਸੈਂਟਰ ਕੋਲ ਗਈ ਵੀ ਮੈਂ ਵੀ ਮੋਦੀ ਸਾਹਿਬ ਕੋਲ ਗਈ ਸੀ, ਮੈਂ ਕਿਉਂਕਿ ਸਿੰਗਾਪੁਰ ਦੇ ਬੇਸਿਸ 'ਤੇ ਮੈਂ ਕਿਹਾ ਸੀ ਸਾਡੇ ਬੱਚੇ ਇੱਕ ਯੂਥ ਪੀੜ੍ਹੀ ਖਤਮ ਹੋ ਗਈ ਹੈ, ਤੁਸੀਂ ਐਂ ਕਰੋ 2 ਸਾਲ ਦੀ ਮੈਂਡੇਟਰੀ ਸਿੰਗਾਪੁਰ ਟ੍ਰੇਨਿੰਗ ਹੈ ਆਰਮੀ ਦੀ। ਸਾਡੇ ਬੱਚੇ ਤੰਦਰੁਸਤ ਸੀ, ਜੇ ਨਹੀਂ ਵੀ ਪੜ੍ਹਦੇ ਸੀ ਆਰਮੀ ਤਾਂ ਪੁਲਿਸ 'ਚ ਭਰਤੀ ਹੋ ਜਾਂਦੀ ਸੀ। ਅੱਜ ਸਾਡੇ ਬੱਚੇ ਇੰਨੇ ਕਾਬਿਲ ਹੀ ਨਹੀਂ ਰਹੇ ਡਰੱਗਸ ਕਰਕੇ ਜਾਂ ਦਾਰੂ ਕਰਕੇ ਜਾਂ ਨਸ਼ੇ ਕਰਕੇ ਜਾਂ ਖਾਣਾ ਅਡਲਟਰੇਟਡ ਖਾਣ ਕਰਕੇ ਕਿ ਉਹ ਆਰਮੀ ਅਤੇ ਪੁਲਿਸ ਦੀ ਭਰਤੀ ਕਰ ਸਕਣ। ਤਾਂ ਮੈਂ ਕਿਹਾ ਸੀ ਮੈਂਡੇਟਰੀ ਫੰਡਸ ਦੇ ਦਿਓ, ਸਾਡਾ ਪੰਜਾਬ ਨਿਕਲ ਜੂਗਾ ਜੇ 2 ਸਾਲ ਕੰਪਲਸਰੀ ਆਰਮੀ ਦੀ ਟ੍ਰੇਨਿੰਗ ਕਰੇਗਾ, ਚਾਹੇ ਉਹ ਕਿਸੇ ਵੀ ਪ੍ਰੋਫੈਸ਼ਨ 'ਚ ਜਾਵੇ। ਸੋ ਉਹਨਾਂ ਨੇ ਉਦੋਂ ਸੁਣੀ ਨਹੀਂ, ਸੋ ਮੈਨੂੰ ਉਮੀਦ ਹੈ ਕਿ ਮੈਂ ਵਿਸ਼ ਕਰਦੀ ਹਾਂ ਕਿ ਅੱਜ ਉਹ ਸੁਣ ਲੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ 4 ਹਫ਼ਤੇ 'ਚ ਨਸ਼ਾ ਖਤਮ ਕਰ ਦਾਂਗੇ, ਅਤੇ ਤੁਹਾਨੂੰ ਲੱਗਦਾ ਕਿ ਮਦਦ ਮੰਗ ਕੇ ਉਹਨੇ ਆਪਣਾ ਫੇਲੀਅਰ ਜਿਹੜਾ ਉਹ ਸਾਬਿਤ ਕਰ ਲਿਆ? ਦੇਖੋ ਇਹਦਾ ਜਵਾਬ ਕੋਈ ਨਹੀਂ ਸਕਦੇ, ਮੇਰੇ ਕੋਲ ਫੈਕਟ ਫਿਗਰਸ ਹੈ ਨਹੀਂ ਹੈ, ਸੋ ਇਹ ਫੈਕਟ ਫਿਗਰਸ ਦੱਸਣ ਲਈ ਆਈ ਥਿੰਕ ਇਹ ਕੁਐਸਚਨ ਸੇਮ ਸਾਹਿਬ ਨੂੰ। ਬਿਨਾਂ ਪੈਸੇ ਤੋਂ ਕੋਈ ਵੀ ਸਰਕਾਰ ਕੰਮ ਨਹੀਂ ਕਰ ਸਕਦੀ। ਮਿਨਿਸਟਰ ਦਾ ਸਭ ਤੋਂ ਵੱਡਾ ਕੰਮ ਹੁੰਦਾ ਹੈ ਕਿ ਸਰਕਾਰ ਦੇ ਵਿੱਚ ਮਨੀ ਸਰਪਲਸ ਕਰਨਾ। ਅੱਜ ਲੋਕਲ ਬਾਡੀਜ਼ 6,000 ਕਰੋੜ ਪਲੱਸ ਦੀ ਮਾਲਕ, ਉਹਦਾ ਮਤਲਬ ਕੀ ਹੈ ਕਿ ਅਸੀਂ ਸੀਵਰੇਜ ਬੋਰਡ, ਅਸੀਂ ਵਾਟਰ ਸਪਲਾਈ ਲਈ, ਅਸੀਂ ਸੜਕਾਂ ਲਈ ਪੈਸੇ ਇਕੱਠੇ ਕਰ ਸਕੀ। ਸੋ ਹੁਣ ਪੈਸੇ ਆ ਗਏ, ਹੁਣ ਪੈਸੇ ਵੰਡੇ ਗਏ, ਸੋ ਇਨਸ਼ੋਰ ਕਰਾਂਗੇ ਕਿ ਨਵਜੋਤ ਸਿੱਧੂ ਹੁਣ ਗਰਾਊਂਡ ਲੈਵਲ 'ਤੇ ਜ਼ਰੂਰ ਜਾ ਕੇ ਦੇਖਣਗੇ। ਬਿਨਾਂ ਪੈਸੇ ਤੋਂ ਲੋਕਾਂ 'ਚ ਚਲੇ ਜਾਣਾ ਅਤੇ ਕਹਿ ਵੀ ਨਹੀਂ ਸਕਣਾ ਮੈਂ ਕੰਮ ਕਰਾ ਸਕੂੰ ਕਿਉਂਕਿ ਮੇਰੇ ਕੋਲ ਪੈਸੇ ਨਹੀਂ ਹੈ, ਸੋ ਇਹ ਤਾਂ ਕੋਈ ਗੱਲ ਨਹੀਂ ਬਣਦੀ। ਪੈਸੇ ਹੈਗੇ, ਹੁਣ ਕੰਮ ਨਹੀਂ ਹੋਊਗਾ, ਉਹਦੇ ਵਿੱਚ ਕਿਉਂ ਕੰਮ ਨਹੀਂ ਹੋ ਰਿਹਾ ਉਹਨੂੰ ਇਨਸ਼ੋਰ ਜ਼ਰੂਰ ਕਰਾਂਗੇ। ਮੈਡਮ ਸਿੱਧੂ ਦੇ ਇਹਨਾਂ ਬਿਆਨਾਂ ਨੂੰ ਵੇਖ ਕੇ ਤਾਂ ਲੱਗਦਾ ਹੈ ਕਿ ਆਪਣੇ ਖਿਲਾਫ ਚੱਲਦੇ ਹਵਾ ਦੇ ਰੁੱਖ ਨੂੰ ਸਮਝਦੇ ਹੋਏ ਸਿੱਧੂ ਜੋੜਾ ਬੜੀ ਸਾਵਧਾਨੀ ਨਾਲ ਬਿਆਨਬਾਜ਼ੀ ਕਰ ਰਿਹਾ, ਤੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਕੈਪਟਨ ਤੇ ਸਿੱਧੂ ਵਿਚਾਲੇ ਤਲਖੀ ਘਟੇਗੀ ਜਾਂ ਫਿਰ ਹੋਰ ਵਧੇਗੀ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਧਰਤੀ ਸੇ ਜੁੜਾ ਖੇਲ ਕਬੱਡੀ, दाव पेच, उठक पटक, चाल पे चाल, जैसे एनर्जी का डबल धमाल। मुझे प्यार है इस गेम से, खुशी है इस बात की कि ये गेम बदलेगा। 13 में से देखिए इंडो इंटरनेशनल प्रीमियर कबड्डी लीग, जहां होगी हुनर की टक्कर जज्बे से। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।